ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਇੱਕ ਵਾਰ ਫਿਰ ਦੁਆ ਇਮੀਗ੍ਰੇਸ਼ਨ ਲੌਂਚ ਦੇ ਚੈਨਲਸ 'ਤੇ ਜੀ। ਸੋ ਅਸੀਂ ਤਿੰਨ ਪਾਸਪੋਰਟ ਲੈ ਕੇ ਆਏ ਹਾਂ ਅੱਜ। ਸਪਾਊਸ ਵੀਜ਼ੇ ਗ੍ਰਾਂਟ ਹੋ ਕੇ ਆਇਆ, ਤਿੰਨ ਪਾਸਪੋਰਟ ਸਟੈਂਪ ਹੋ ਕੇ ਆਇਆ। ਸੋ ਤਿੰਨੋਂ ਐਪਲੀਕੈਂਟਸ ਨਾਲ ਰੂਬਰੂ ਕਰਾਉਂਦੇ ਹਾਂ ਜੀ। ਪਹਿਲੇ ਐਪਲੀਕੈਂਟ ਸਾਡੇ ਨਾਲ ਹੈਗੇ ਆ ਕੁਲਵੰਤ ਸਿੰਘ, ਜੋ ਕਿ ਫਗਵਾੜਾ ਤੋਂ ਬਿਲੋਂਗ ਕਰਦੇ ਆ। ਸੋ ਕੁਲਵੰਤ ਦਾ ਕੇਸ ਮੈਂ ਕਹੂੰਗਾ ਕਾਫੀ ਚੈਲੈਂਜਿੰਗ ਸੀਗਾ, ਸਾਡੇ ਲਈ ਵੀ ਚੈਲੈਂਜਿੰਗ ਵੀ ਸੀਗਾ। ਉੱਤੋਂ ਕੁਲਵੰਤ ਦੇ 5 ਸਾਲ ਵੇਟ ਕੀਤੀ ਹੈ ਜੀ ਵੀਜ਼ਾ ਲੈਣ ਲਈ। ਕਾਫੀ ਚੈਲੰਜ ਭਰਿਆ ਕੇਸ ਸੀਗਾ, ਕਾਫੀ ਵੇਟ ਹੋਈ ਇਹਨਾਂ ਲਈ। 2019 'ਚ ਇਹਨਾਂ ਦੇ ਵਾਈਫ ਗਏ ਆ, ਹੁਣ 2024 ਦੇ ਵਿੱਚ ਇਹਨਾਂ ਦਾ ਵੀਜ਼ਾ ਆਇਆ। 5 ਸਾਲ ਲੱਗ ਗਏ, ਬਟ 5 ਸਾਲ ਦਾ ਸਫ਼ਰ ਇੰਨਾ ਸੌਖਾ ਨਹੀਂ ਸੀਗਾ। ਬਾਕੀ ਇਹਨਾਂ ਦੀ ਟਾਈਮਲਾਈਨ ਦੱਸ ਦਿੰਦਾ। ਜਿਹੜੀ ਐਪਲੀਕੇਸ਼ਨ ਸਬਮਿਸ਼ਨ ਡੇਟ ਸੀਗੀ 10 ਅਪ੍ਰੈਲ ਨੂੰ ਸਬਮਿਟ ਹੋਈ ਸੀਗੀ, ਅਤੇ ਪਾਸਪੋਰਟ ਰਿਕੁਐਸਟ ਆਈ ਹੈ 5 ਜੂਨ ਨੂੰ। ਅਤੇ ਸਿਰਫ਼ 2 ਮਹੀਨੇ ਪੂਰੇ ਲੱਗੇ, ਆਲਮੋਸਟ 55 ਡੇਜ਼ ਦੇ ਵਿੱਚ ਪਾਸਪੋਰਟ ਰਿਕੁਐਸਟ ਆਈ ਹੈ। ਸੋ ਹੁਣ ਥੋੜ੍ਹੀ ਜਿਹੀ ਫਾਸਟ ਪ੍ਰੋਸੈਸਿੰਗ ਹੋ ਗਈ ਹੈ ਸਪਾਊਸ ਵੀਜ਼ਾ ਦੀ। ਸੋ ਜਿਹੜੇ ਐਪਲੀਕੈਂਟਸ ਨੇ ਫਾਈਲਾਂ ਲਗਾਈਆਂ ਜਾਂ ਲਗਾਉਣ ਬਾਰੇ ਸੋਚ ਰਹੇ ਹੈ, ਉਹਨਾਂ ਲਈ ਇਹ ਬਹੁਤ ਹੀ ਵਧੀਆ ਨਿਊਜ਼ ਹੈ। ਐਪਲੀਕੇਸ਼ਨ ਸੀਰੀਜ਼ W3105 ਵਾਲੀ ਹੈ। ਸੋ ਇਸ ਤੋਂ ਬਾਅਦ ਜਿਹੜੇ ਚੈਲੰਜ ਸੀਗੇ ਇਹਨਾਂ ਦੇ ਕੇਸ ਦੇ ਵਿੱਚ, 3 ਵਾਰ ਇਹਨਾਂ ਦਾ ਸਪਾਊਸ ਵੀਜ਼ਾ ਰਿਫਿਊਜ਼ ਸੀ ਸਾਡੇ ਕੋਲ ਆਉਣ ਤੋਂ ਪਹਿਲਾਂ, 1 ਵਾਰ ਸਟੱਡੀ ਵੀਜ਼ਾ ਰਿਫਿਊਜ਼ ਸੀ ਕੈਨੇਡਾ ਦਾ, 1 ਵਾਰ USA ਦਾ ਵਿਜ਼ਟਰ ਵੀਜ਼ਾ, ਅਤੇ 1 ਵਾਰ UK ਦਾ ਵਿਜ਼ਟਰ ਵੀਜ਼ਾ। ਮਤਲਬ ਟੋਟਲ 6 ਰਿਫਿਊਜ਼ਲਸ, ਵਿੱਚੋਂ 3 ਸਪਾਊਸ ਦੀਆਂ ਰਿਫਿਊਜ਼ਲਸ। ਸੋ 5 ਸਾਲ ਦੀ ਲੰਬੀ ਉਡੀਕ ਅਤੇ ਇੰਨਾ ਕੰਪਲੀਕੇਸ਼ਨ ਵਾਲਾ ਕੇਸ, 6 ਰਿਫਿਊਜ਼ਲਸ, ਅਤੇ ਉਸ ਤੋਂ ਬਾਅਦ ਜਦੋਂ ਰਿਜ਼ਲਟ ਆਇਆ, ਸਿਰਫ 2 ਮਹੀਨੇ ਵਿੱਚ ਪਾਸਪੋਰਟ ਰਿਕੁਐਸਟ ਆ ਗਈ ਹੈ। ਸੋ ਮੁਬਾਰਕਾਂ ਬਹੁਤ ਬਹੁਤ ਕੁਲਵੰਤ, ਲਓ ਜੀ ਤੁਹਾਡੇ ਵੀਜ਼ੇ ਦੀ ਕਾਪੀ, ਜਿਹਨੂੰ 5 ਸਾਲ ਤੋਂ ਉਡੀਕ ਕਰ ਰਹੇ ਸੀ ਆਪਾਂ ਦੇਖਣ ਲਈ। ਬਹੁਤ ਵੇਟ ਕੀਤੀ ਮੈਂ। ਲਓ ਜੀ ਆਪਣੇ ਵੀਅਰਸ ਨੂੰ ਵੀ ਆਪਾਂ ਇੱਕ ਵਾਰ ਸ਼ੋਅ ਕਰ ਦਈਏ ਵੀਅਰਸ ਕਾਪੀ। ਚਲੋ ਕੁਲਵੰਤ ਤੁਹਾਡੇ ਨਾਲ ਗੱਲ ਕਰਦੇ ਹਾਂ। ਪਹਿਲਾਂ ਤਾਂ ਗੱਲ ਕਰਦੇ ਹਾਂ ਜੀ, ਸਿੱਧਾ ਤੁਹਾਡੀ ਰਿਫਿਊਜ਼ਲਸ 'ਤੇ ਆਉਂਦੇ ਹਾਂ। ਜਿਹੜੀਆਂ ਪਾਸ 3 ਰਿਫਿਊਜ਼ਲ ਸੀਗੀਆਂ ਸਪਾਊਸ ਦੀਆਂ, ਉਹ ਰਿਫਿਊਜ਼ਲਸ ਤੋਂ ਬਾਅਦ ਜੋ ਸਾਡੇ ਕੋਲ ਆਏ, ਇੱਥੇ ਡਰ ਨਹੀਂ ਲੱਗਾ ਕਿ ਫਿਰ ਨਾ ਰਿਫਿਊਜ਼ਲ ਆ ਜਾਏ ਚੌਥੇ ਵੀ? ਹੁਣ ਸਰ ਜਦੋਂ ਆਪਾਂ ਨਾ ਇਹ ਚੀਜ਼ਾਂ ਤੋਂ ਯੂਜ਼ ਟੂ ਹੋ ਜਾਈਏ, ਵੀ ਰਿਫਿਊਜ਼ਲ ਆ, ਹੁਣ ਉਹ ਡਰ ਨਹੀਂ ਰਿਹਾ ਸੀ, ਹੁਣ ਇੱਕ ਯਕੀਨ ਕਰਕੇ ਆਇਆ ਸੀ। ਸਿੱਧਾ ਸੱਚ ਦੱਸਾਂ ਤਾਂ ਵੀ ਇੱਕ ਯਕੀਨ ਸੀ ਵੀ ਇਹ ਤੋਂ ਲਾਸਟ ਤਾਂ ਖਤਮ ਹੀ ਹੋਊਗਾ, ਫਿਰ ਮੈਂ ਕੈਨੇਡਾ ਨਹੀਂ ਜਾਊਂਗਾ। ਵੀ ਮਤਲਬ ਮੈਂ ਲਾਸਟ ਯਕੀਨ ਕਰਕੇ ਆਇਆ ਸੀ। ਕੀ ਫਰਕ ਲੱਗਾ ਪੁਰਾਣੀ 3 ਫਾਈਲਾਂ 'ਚ ਜਿਹੜੀ ਸਾਡੇ ਤੋਂ ਫਾਈਲ ਲਗਵਾਈ ਸੀ ਉਹਦੇ ਵਿੱਚ? ਸਰ ਫਰਕ ਪ੍ਰੈਜੈਂਟੇਸ਼ਨ ਦਾ, 1921 ਦਾ ਫਰਕ ਜਾਂ ਜ਼ਮੀਨ ਅਸਮਾਨ ਦਾ ਫਰਕ? ਨਹੀਂ 1921 ਦਾ ਨਹੀਂ ਸੀਗਾ, ਵੱਧ ਫਰਕ ਆ, ਜ਼ਿਆਦਾ ਫਰਕ ਹੈਗਾ, ਲਾਉਣ ਦਾ ਤਰੀਕਾ ਅਲੱਗ ਆ, ਫਾਈਲ ਪ੍ਰੈਜੈਂਟੇਸ਼ਨ ਫਰਕ ਹੈ। ਪੁਰਾਣੀ ਫਾਈਲਾਂ ਦੇ ਵਿੱਚ ਕੋਈ ਫਾਦਰ ਦੀ ਸਪੋਰਟ, ਮਦਰ ਦੀ ਸਪੋਰਟ, ਫਾਈਨੈਂਸ਼ੀਅਲ ਡਾਕੂਮੈਂਟ ਪੇਰੈਂਟਸ ਦੇ ਲੱਗੇ ਸੀਗੇ ਪੁਰਾਣੀ ਫਾਈਲਾਂ ਦੇ ਵਿੱਚ? ਸਰ ਬਹੁਤ ਕੁਛ ਅਪ ਐਂਡ ਡਾਊਨ ਸੀ, ਬਟ ਉਹ ਹੁੰਦਾ ਨਹੀਂ ਵੀ ਇੱਕ ਸੀਕੁਐਂਸ ਹੁੰਦਾ ਲਾਉਣਾ ਕਿੱਦਾਂ ਆ, ਪੇਪਰ ਉਹੀ ਸੀਗੇ, ਹਰ ਇੱਕ ਚੀਜ਼ ਉਹੀ, ਕੋਈ ਕਿਸੇ ਦਾ, ਬਟ ਕਿਸੇ ਨੂੰ ਆਪਾਂ ਪ੍ਰੈਜੈਂਟੇਸ਼ਨ ਨਾਲ ਹੀ ਸਾਰਾ ਕੁਝ ਹੁੰਦਾ ਵੀ ਇਹਨੂੰ ਪ੍ਰੈਜੈਂਟ ਕਿੱਦਾਂ ਕਰਨਾ, ਕਿਸ ਤਰੀਕੇ ਨਾਲ ਕਰਨਾ, ਉਹੀ ਕੁਝ ਆ। ਕੁਲਵੰਤ ਸਿੰਘ ਉਹੀ ਸੀ ਐਗਜੈਕਟਲੀ, ਉਹਨੂੰ ਪ੍ਰੈਜੈਂਟ ਡਾਕੂਮੈਂਟਸ ਵੀ ਕੁਲਵੰਤ ਸਿੰਘ ਦੇ ਸੀਗੇ? ਹਾਂ ਸੇਮ ਸੀ, ਕੋਈ ਵੀ ਮੈਂ ਕੋਈ ਚੇਂਜ ਨਹੀਂ ਕੀਤਾ, ਤੇ ਜੋ ਪਿੱਛੇ ਲਾਉਂਦਾ ਰਿਹਾ ਸੀ ਉਹੀ ਸੇਮ ਤਕਰੀਬਨ ਲਾਏ, ਬਟ ਉਹਨੂੰ ਪ੍ਰੈਜੈਂਟ ਕਿੱਦਾਂ ਕਰਨਾ ਉਹ ਮੈਨੂੰ ਐਗਜੈਕਟ ਫਰਕ ਲੱਗਾ ਤਾਂ ਲੱਗਾ ਹੀ ਆ। ਸੋ ਬਹੁਤ ਵਧੀਆ ਗੱਲ ਕਹੀ ਜੀ ਕੁਲਵੰਤ ਨੇ, ਫਾਈਲ ਪ੍ਰੈਜੈਂਟੇਸ਼ਨ ਇਜ਼ ਦਾ ਕੀ ਟੂ ਸਕਸੈਸ ਇਨ ਦਾ ਸਪਾਊਸ ਓਪਨ ਵਰਕ ਪਰਮਿਟ ਕੇਸ। ਸੋ ਸਾਡੀ ਫਾਈਲ ਦੇ ਵਿੱਚ ਇੱਕ ਜਾਂਦੀ ਹੈ ਜੀ ਰਿਪ੍ਰੈਜੈਂਟੇਸ਼ਨ ਲੋਅ ਸੈਕਸ਼ਨ ਲੈਟਰ, ਅਰਾਊਂਡ 10 ਕੁ ਪੇਜਾਂ ਦੀ ਲੈਟਰ ਹੁੰਦੀ ਹੈ। ਉਹਦੇ ਵਿੱਚ ਕਾਫੀ ਲੋਅ ਸੈਕਸ਼ਨ ਮੈਂਸ਼ਨ ਕੀਤੇ ਹੁੰਦੇ ਆ, ਸਾਡੇ ਕਲਾਇੰਟ ਨੂੰ ਕਿਹੜੇ ਕੈਟਾਗਰੀ ਅੰਦਰ ਕਿਹੜੇ ਲੋਅ ਸੈਕਸ਼ਨ ਅੰਡਰ ਵੀਜ਼ਾ ਅਪਰੂਵ ਹੋਣਾ ਚਾਹੀਦਾ, ਜਾਂ ਜਿਹੜੀ ਪਾਸਟ ਰਿਫਿਊਜ਼ਲ ਤੇ ਉਹਦੀ ਬੜੇ ਤਰੀਕੇ ਨਾਲ ਅਸੀਂ ਜਸਟੀਫਿਕੇਸ਼ਨ ਦਿੰਦੇ ਹਾਂ ਅੰਡਰ ਕੁਝ ਸਪੈਸਿਫਿਕ ਲੋਅ ਸੈਕਸ਼ਨ ਦੇ ਅਕੋਰਡਿੰਗ। ਤੇ ਆਈ ਥਿੰਕ ਤੁਸੀਂ ਵੀ ਆਪਣੀ ਲੈਟਰ ਦੇਖੀ ਸੀਗੀ ਲੋਅ ਸੈਕਸ਼ਨ ਵਾਲੀ, ਤੇ ਲੱਗੀ ਕੁਝ ਇੰਪ੍ਰੈਸਿਵ ਕਿ ਹਾਂ ਵੀਜ਼ਾ ਆਉਣਾ ਚਾਹੀਦਾ ਲੈਟਰ ਦੇਖ ਕੇ? ਹੁਣ
ਹਾਂ ਜੀ, ਮੈਂ ਤਕਰੀਬਨ ਕਹਿ ਸਕਦੇ, ਮੈਂ ਥੋੜ੍ਹੀ ਥੋੜ੍ਹੀ ਪੜ੍ਹੀ ਵੀ ਸੀ ਵੀ ਇਹਦੇ ਵਿੱਚ ਸਹੀ ਐਗਜੈਕਟ ਮੈਨੂੰ ਦੱਸਿਆ ਵੀ ਸੀ ਵੀ ਆ ਆਪਾਂ ਇਹਨੂੰ ਆ ਚੀਜ਼ ਸਮਝਾਈ ਆ ਜੀ, ਆ ਆਪਾਂ ਜਿਹੜਾ ਸਾਨੂੰ ਆ ਉਹਨਾਂ ਨੇ ਕਿਹਾ ਸੀ ਇਹਦਾ ਆ ਦੱਸਿਆ, ਸੋ ਐਗਜੈਕਟ ਦੱਸਿਆ ਸੀ ਇਹ ਉਹਦੇ ਵਿੱਚ ਸੀਗੀ ਸਾਰੀ ਜਿੰਨੇ ਲਾਜ਼ ਸਮਝਾਏ ਸੀ। ਚਲੋ ਮੈਨੂੰ ਲਾਜ਼ ਬਾਰੇ ਤਾਂ ਨਹੀਂ ਪਤਾ, ਬਟ ਮੈਂ ਥੋੜ੍ਹੇ ਥੋੜ੍ਹੇ ਪੜ੍ਹੇ ਸੀ ਸਾਰੇ। ਬਟ ਫਾਈਲ ਦੇ ਕੇ ਤੁਹਾਨੂੰ ਲੱਗ ਰਿਹਾ ਸੀ, ਮਤਲਬ ਉਮੀਦ ਸੀਗੀ ਕਿ ਵੀਜ਼ਾ ਆਊਗਾ ਆਊਗਾ 200% ਉਮੀਦ ਇਸ ਵਾਰ। ਕਰਕੇ ਤਾਂ ਇੱਥੇ ਆਏ। ਚਲੋ 5 ਸਾਲ ਦੀ ਉਡੀਕ ਖਤਮ ਹੋਈ ਹੈ ਜੀ, ਫਾਈਨਲੀ ਵੀਜ਼ਾ ਆ ਗਿਆ। ਅਤੇ ਦੂਸਰੀ ਚੀਜ਼ ਟਾਈਮਲਾਈਨ ਦੀ ਗੱਲ ਕਰੀਏ, ਲੋਕ ਦਸੰਬਰ ਜਨਵਰੀ ਫੈਬਰੇਰੀ ਮਾਰਚ ਵਾਲੇ ਬੈਠੇ ਆ, ਤੁਹਾਡਾ ਅਪ੍ਰੈਲ 'ਚ ਫਾਈਲ ਲੱਗੀ ਅਤੇ 2 ਮਹੀਨੇ 'ਚ ਵੀਜ਼ਾ ਆ ਗਿਆ। ਸਰ ਨਹੀਂ, ਘੜੀ ਦੀ ਘੜੀ ਤਾਂ ਨਹੀਂ ਯਕੀਨ ਆਇਆ ਹੈ। ਮੈਂ ਜਦੋਂ ਕਾਲ ਆਈ ਇੱਕਦਮ ਤਾਂ ਸ਼ੌਕ ਤਾਂ ਲੱਗੇ ਹੋਣਾ ਯਾਰ ਇਹ ਐਗਜੈਕਟ। ਦੋ ਮੈਨੂੰ ਤਾਂ ਡੇਟ ਵੀ ਮੈਂ ਫੋਨ ਤੇ ਭੁੱਲ ਗਿਆ ਸੀ ਵੀ, ਮੈਂ ਕਿਹਾ ਨਹੀਂ 1st week April ਦੀ ਲੱਗੀ ਸੀ, ਬਟ ਚਲੋ। ਪਰ ਇੱਦਾਂ ਸੀ ਨਾ ਵੀ ਮੈਂ ਜਿਹੜਾ ਐਕਚੁਅਲ ਟਾਈਮਲਾਈਨ ਚੱਲਦਾ ਸੀ ਉਹ ਜਨ ਫੈਬ ਚੱਲਦਾ ਸੀ, 4 to 5 months ਦਾ ਟਾਈਮ ਚੱਲ ਰਿਹਾ, ਤੇ ਫਿਰ ਨਹੀਂ ਯਕੀਨ ਸੀਗਾ ਵੀ ਇੰਨੀ ਜਲਦੀ ਕੋਈ ਵੀਜ਼ਾ ਮਿਲ ਸਕਦਾ ਜਾਂ ਰਿਜ਼ਲਟ ਆ ਸਕਦਾ। ਯਾ ਵੀਜ਼ਾ ਅਫਸਰ ਨੇ ਦੇਖਿਆ ਹੋਗਾ ਕਿ ਭਾਈ ਬਹੁਤ ਲੰਬੀ ਦੇਰ ਤੋਂ ਵੇਟ ਕਰ ਰਿਹਾ, ਇਹਨੂੰ ਜਲਦੀ ਵੀਜ਼ਾ ਦੇ ਦਈਏ। ਚਲੋ ਫਾਈਨਲੀ ਆਪਾਂ ਇਹਨਾਂ ਦਾ ਵੀਜ਼ਾ ਲੈ ਲਿਆ ਜੀ, ਬਹੁਤ ਹੀ ਕੰਪਲਿਕੇਟਿਡ ਕੇਸ ਸੀਗਾ, ਬਟ ਚੈਲੰਜ ਸੀਗੇ, ਬਟ ਚਲੋ ਆਊਟਕਮ ਆ ਗਈ ਹੈ, ਪੋਜ਼ਿਟਿਵ ਰਿਜ਼ਲਟ ਆ ਗਿਆ। ਇੱਕ ਵਾਰ ਆਪਣੇ ਵਿਊਜ਼ ਨੂੰ ਆਪਣਾ ਆਕੂਪੇਸ਼ਨ ਦੱਸ ਦਿਓ, ਕੁਆਲੀਫਿਕੇਸ਼ਨ ਕੀ ਹੈ ਅਤੇ ਕੰਮਕਾਜ ਕੀ ਕਰਦੇ ਹੋ? ਮੈਂ ਗ੍ਰੈਜੂਏਟ ਹਾਂ, BCOM ਕੀਤੀ ਹੋਈ ਹੈ, ਬਟ ਮੈਂ ਫਾਰਮਿੰਗ ਕਰਦਾ, ਐਗਰੀਕਲਚਰ ਦਾ ਕੰਮ ਕਰਦੇ ਹੋ? ਉਹ ਵੀ ਪਿਛਲੇ ਤਕਰੀਬਨ 5 ਸਾਲ ਤੋਂ ਪਹਿਲਾਂ ਤੋਂ ਹੀ ਕਰਦਾ। ਮੈਂ ਐਕਚੁਅਲ 'ਚ ਫਾਰਮਰ ਹੀ ਹਾਂ ਵੀ, ਮੈਂ ਹੈਗਾ ਗ੍ਰੈਜੂਏਟ ਹਾਂ, ਬਟ ਮੈਂ ਫਾਰਮਿੰਗ ਐਗਰੀਕਲਚਰ ਹੈ ਤੁਹਾਡਾ, ਰਾਈਟ। ਤੇ ਇੱਕ ਆਪਣੇ ਤੁਸੀਂ ਮੈਨੂੰ ਫੰਡਸ ਵੀ ਦੱਸ ਦਿਓ, ਆਪਾਂ ਤੁਹਾਡੀ ਫਾਈਲ ਦੇ ਵਿੱਚ ਫੰਡਸ ਕਿੰਨੇ ਦਿਖਾਏ ਸੀਗੇ? ਫੰਡਸ ਮੇਰੇ ਇੱਕ ਡੇਰੀ ਫਾਰਮਿੰਗ ਦੇ ਰਿਲੇਟਡ ਇੱਕ ਅਕਾਊਂਟ ਸੀਗਾ, ਉਹਦੇ ਵਿੱਚ ਸੀਗੇ, ਤੇ ਇੱਕ ਮੇਰਾ ਜਿਹੜਾ ਐਕਚੁਅਲ ਪਰਸਨਲ ਅਕਾਊਂਟ ਸੀਗਾ ਜੋ ਜੁਆਇੰਟ ਅਕਾਊਂਟ ਸੀ ਉਹਦੇ ਵਿੱਚ ਫੰਡ ਸੀ। ਤੇ ਟੋਟਲ ਜਿਹੜਾ ਇਹਨਾਂ ਦੀ ਫਾਈਨੈਂਸ਼ੀਅਲ ਅਸੀਂ ਦਿਖਾਇਆ ਸੀਗਾ ਅਰਾਊਂਡ 8.5 ਲੱਖ ਰੁਪਏ ਦਿਖਾਇਆ ਸੀ ਜੀ। ਸੋ ਜਿਹੜੀ ਫਾਈਨੈਂਸ਼ੀਅਲ ਦੀ ਰਿਕੁਆਇਰਮੈਂਟ ਹੈ ਅਰਾਊਂਡ ਇੰਨੀ ਕੀ ਹੈ, ਬਾਕੀ ਕਈ ਲੋਕ ਕਹਿੰਦੇ ਜੀ ਸਾਡਾ 15-16 ਲੱਖ ਰੁਪਏ ਦਿਖਾਇਆ ਸੀ ਤਾਂ ਵੀ ਵੀਜ਼ਾ ਰਿਫਿਊਜ਼ ਹੋ ਗਿਆ। ਬੇਸਿਕਲੀ ਜਿਹੜਾ ਵੀਜ਼ਾ ਤੁਹਾਡੇ ਫਾਈਨੈਂਸ਼ੀਅਲ ਤੇ ਨਹੀਂ ਟਿਕਿਆ, ਇਹ ਤੁਹਾਡਾ ਲੈਵਲ ਆਫ ਐਸਟੈਬਲਿਸ਼ਮੈਂਟ, ਤੁਹਾਡਾ ਫਾਈਨੈਂਸ਼ੀਅਲ ਵੀ ਹੈਗਾ ਇੱਕ ਫੈਕਟਰ, ਬਟ ਲੈਵਲ ਆਫ ਐਸਟੈਬਲਿਸ਼ਮੈਂਟ, ਤੁਹਾਡਾ ਰਿਲੇਸ਼ਨਸ਼ਿਪ ਐਵੀਡੈਂਸ, ਹੋਰ ਵੀ ਕਈ ਚੀਜ਼ਾਂ ਕਾਊਂਟ ਹੁੰਦੀਆਂ। ਤੋ ਕੁਲਵੰਤ, ਜਿਹੜੇ ਲੋਕ ਹੁਣ ਸਪੋਜ਼ ਫਰੈਸ਼ ਕੇਸ ਲਗਵਾਉਣਾ ਚਾਹੁੰਦੇ ਆ ਜਾਂ ਜਿਹੜੇ ਰਿਫਿਊਜ਼ ਹੋ ਗਏ ਆ, ਕੁਛ ਉਹਨਾਂ ਨੂੰ ਸੁਨੇਹਾ ਦੇਣਾ ਚਾਹੋਗੇ ਜੀ? ਐਕਸਪੀਰੀਅੰਸ ਤੁਹਾਡਾ ਓਵਰਆਲ ਕਿੱਦਾਂ ਰਿਹਾ ਸਾਡੇ ਕੰਪਨੀ ਨਾਲ? ਮੈਂ ਇੱਕੋ ਚੀਜ਼ ਕਹਿਣਾ ਚਾਹੂੰਗਾ, ਕੁਛ ਨਹੀਂ ਹੋਰ। ਚਲੋ ਆਪਾਂ ਕਿਸੇ ਨਾਲ ਪਿਆਰ ਆ, ਮੇਰੇ ਨਾਲ ਜੋ ਹੋਇਆ, ਮੈਂ ਜਿੱਥੇ ਵੀ ਪਹਿਲਾਂ ਫਾਈਲ ਲਾਈ ਸੀ ਉੱਥੇ ਪਿਆਰ ਸੀ, ਉੱਥੇ ਰਿਲੇਸ਼ਨ ਸੀ, ਬਟ ਰਿਲੇਸ਼ਨ ਅਤੇ ਪਿਆਰ ਇੱਕ ਅਲੱਗ ਮੈਟਰ ਆ, ਐਕਸਪੀਰੀਅੰਸ ਇੱਕ ਚੀਜ਼ ਹੋਰ ਆ। ਤਾਂ ਮੈਂ ਕੋਈ ਪਰਸਨਲੀ ਨਹੀਂ ਕਹਿ ਰਿਹਾ, ਜਿੱਥੇ ਵੀ ਤੁਸੀਂ ਫਾਈਲ ਲਾਉਣੀ ਆ, ਬਟ ਉਹਨਾਂ ਦਾ ਐਕਸਪੀਰੀਅੰਸ ਦੇਖੋ ਨਾ ਕਿ ਤੁਸੀਂ ਕਿੱਦਾਂ ਉੱਥੇ, ਜਾਂ ਤੁਸੀਂ ਫੀਸ ਮਗਰ ਨਾ ਜਾਓ ਜਾਂ ਵਟ ਐਵਰ ਕਿਸੇ ਚੀਜ਼ ਮਗਰ ਨਾ ਜਾਓ, ਐਕਸਪੀਰੀਅੰਸ ਦੇਖੋ ਵੀ ਉਹ ਬੰਦੇ ਨੂੰ ਉਹਦੇ ਲੋਜ਼ ਬਾਰੇ। ਐਕਚੁਅਲੀ ਫਾਈਲ ਸਾਰੇ ਲਾ ਦਿੰਦੇ ਆ, ਪੇਪਰ ਵੀ ਸਾਰਿਆਂ ਨੂੰ ਸੇਮ ਹੀ ਹੁੰਦੇ ਆ, ਰਹਿਣਾ ਤਾਂ ਉਹੀ ਕੁਛ ਆ ਨਾ ਜੋ ਆਪਾਂ ਫਾਈਲ 'ਚ ਲਾ ਸਕਦੇ ਹਾਂ, ਬਟ ਐਟ ਲਾਸਟ 'ਤੇ ਜਿਹੜੇ ਲੋਜ਼ ਆ ਜਾਂ ਉਹਨਾਂ ਦੇ ਕੀ ਅਪ ਐਂਡ ਡਾਊਨਸ ਆ, ਵੀ ਉਹਨਾਂ ਨੇ ਕੀ ਇਸ ਤੋਂ ਬਾਅਦ ਕੀ ਪੁੱਛ ਸਕਦੇ ਆ, ਉਹ ਹੁਣ ਕਿਸੇ ਵਧੀਆ ਲੋਇਰ ਤੋਂ ਜਾਂ ਇਹਨਾਂ ਕੋਲ ਮੈਂ ਹੁਣ ਦੇਖਿਆ, ਮੇਰੇ ਉਹ ਐਕਚੁਅਲ ਦੇ ਵਿੱਚ ਜੋ ਮੈਂ ਪਿੱਛੇ ਫਾਈਲਾਂ ਦੇ ਵਿੱਚ 1-2 ਪੇਜ ਦੀ ਲੈਟਰ ਹੁੰਦੀ ਸੀ, ਜੋ ਆਪਾਂ ਉਹਨਾਂ ਨੂੰ ਦੱਸਦੇ ਹਾਂ ਵੀ ਸਾਡਾ ਆਹ ਇੱਦਾਂ ਦਾ ਰਿਲੇਸ਼ਨ ਆ ਜਾਂ ਕੁਛ ਵੀ ਆ, ਹੁਣ ਇਹਨਾਂ ਦੀ ਲੈਟਰ ਹੈਗੀ 12 ਪੇਜ ਦੀ, ਤੋਂ 12 ਪੇਜਾਂ ਦਾ ਤਾਂ ਫਿਰ 2 ਪੇਜਾਂ ਦਾ ਫਰਕ ਤਾਂ ਹੈਗਾ ਹੀ ਆ ਵੀ 2 ਪੇਜ ਦੇ ਵਿੱਚ ਆਪਾਂ ਕੀ ਐਕਸਪਲੇਨ ਕਰ ਸਕਦੇ ਹਾਂ ਅਤੇ 12 ਪੇਜਾਂ ਦੇ ਵਿੱਚ ਕੀ ਐਕਸਪਲੇਨ ਕੀਤਾ ਹੋਊ ਐਗਜੈਕਟਲੀ, ਜਾਂ ਉਹਨੂੰ ਕੀ ਸਮਝਾਇਆ। ਸਾਰਾ ਵੀਜ਼ਾ ਉਸ ਲੈਟਰ ਦੇ ਉੱਤੇ ਆ,
ਆਪਣੇ ਪੇਪਰ ਤਾਂ ਪਿੱਛੇ ਰਹਿ ਜਾਂਦੇ ਆ, ਪਹਿਲਾਂ ਉਹਨਾਂ ਨੇ ਵੀਜ਼ਾ ਆਫੀਸਰ ਨੇ ਉਹ ਲੈਟਰ ਤੁਹਾਡੀ ਅਸੈਸ ਪੜ੍ਹਨੀ ਹੈ। ਕਰਨੀ ਫਿਰ ਮੈਂ ਤਾਂ ਇਹੀ ਰੈਕਮੈਂਡ ਕਰੂੰਗਾ ਵੀ ਜਿਵੇਂ ਵੀ ਆ ਤੁਸੀਂ ਇੱਥੇ ਆਓ, ਆ ਕੇ ਇਹਨਾਂ ਨੂੰ ਮਿਲੋ। ਬਾਕੀ ਆਪਣੇ ਕੇਸ ਸਾਰਿਆਂ ਦਾ ਅਲੱਗ ਅਲੱਗ ਹੀ ਹੁੰਦਾ। ਲਾਸਟ 'ਤੇ ਚਲੋ ਇੱਕ ਪੁਆਇੰਟ 'ਤੇ ਹੈਗਾ ਲੱਕ, ਬਟ ਫਿਰ ਵੀ ਲੱਕ ਵੀ ਆਪਾਂ ਬਣਾਉਣਾ ਪੈਂਦਾ ਹੁੰਦਾ ਕਹਿੰਦੇ, ਫਿਰ ਉਹ ਬਣਾਉਣ ਲਈ ਕਿਸੇ ਚੰਗੇ ਨਾਲ ਮਿਲੋ ਤਾਂ ਵਧੀਆ ਗੱਲ ਆ। ਮੈਂ ਤਾਂ ਇਹੀ ਸਿੱਧਾ ਪੰਜਾਬੀਆਂ ਵਾਲੀ ਭਾਸ਼ਾ ਵੀ ਕਿਸੇ ਚੰਗੇ ਨੂੰ ਪਹਿਲਾਂ ਹੀ ਚੰਗੇ ਨੂੰ ਮਿਲ ਲਓ, ਉਹ ਚੰਗਾ ਆ ਮੇਰੇ ਐਗਜੈਕਟਲੀ ਨੂੰ 5 ਸਾਲ ਮੈਨੂੰ ਪਤਾ ਮੈਂ ਕਿੱਦਾਂ ਕੱਟ ਮਤਲਬ ਲੰਘਾਏ ਆ, ਕਿਵੇਂ ਕਿਵੇਂ ਜਿਹੜਾ ਵੀ ਮੈਨੂੰ ਪ੍ਰੋਬਲਮਸ ਆਈਆਂ ਆਈਆਂ। ਚਲੋ ਫਾਈਨਲੀ ਪ੍ਰੋਬਲਮਸ ਤੋਂ ਆਪਾਂ ਬਾਹਰ ਨਿਕਲ ਕੇ ਆਪਾਂ ਵੀਜ਼ਾ ਲੈ ਲਿਆ। ਸੋ ਜਿਹੜੀ ਇਹ ਲੈਟਰ ਦੀ ਗੱਲ ਕਰ ਰਹੇ ਹਾਂ ਜੀ, ਉਹ ਲੈਟਰ ਹੈਗੀ ਹੈ ਲਾਅ ਸੈਕਸ਼ਨ ਲੈਟਰ, ਰਿਪ੍ਰੈਜੈਂਟੇਸ਼ਨ ਲਾਅ ਸੈਕਸ਼ਨ ਲੈਟਰ। ਅਤੇ ਸਾਡੀ ਜਿਹੜੀ ਫਾਈਲ ਹੈ ARP ਪੋਰਟਲ ਤੋਂ ਲੱਗਦੀ ਹੈ, ਨੋਰਮਲ ਕੰਸਲਟੈਂਟ ਫਾਈਲ GCK ਤੋਂ ਲਾਉਂਦੇ ਆ, ਅਤੇ ਉਹ ਬੇਸਿਕਲੀ SOP ਲਾਉਂਦੇ ਆ ਫਾਈਲ ਦੇ ਵਿੱਚ 2 ਪੇਜਾਂ ਦੀ। ਸਾਡੇ ਕੇਸ 'ਚ ਇਹੋ ਜਿਹੀ SOP ਕੋਈ ਨਹੀਂ ਜਾਂਦੀ ਹੈ। ਚਲੋ ਫਾਈਨਲੀ ਕੁਲਵੰਤ, ਬਹੁਤ ਬਹੁਤ ਮੁਬਾਰਕਾਂ ਵੰਸ ਅਗੇਨ, ਵਿਸ਼ ਯੂ ਆਲ ਦਾ ਬੈਸਟ ਫੋਰ ਯੂਰ ਫਿਊਚਰ। ਸੋ ਜੇ ਤੁਸੀਂ ਵੀ ਆਪਣਾ ਕੈਨੇਡਾ ਦਾ ਸਪਾਊਸ ਵੀਜ਼ਾ, ਸਟੱਡੀ ਵੀਜ਼ਾ ਜਾਂ ਹੋਰ ਕੋਈ ਵੀਜ਼ੇ ਬਾਰੇ ਲਗਾਉਣ ਬਾਰੇ ਸੋਚ ਰਹੇ ਹੋ, ਤਾਂ ਇੱਕ ਵਾਰ ਸਾਨੂੰ ਕੰਸਲਟ ਕਰ ਸਕਦੇ ਹੋ ਜੀ। ਸਾਡੇ ਕਾਲ ਸੈਂਟਰ 'ਤੇ ਕਾਲ ਕਰ ਸਕੇ ਆਪਣੀ ਅਪੁਆਇੰਟਮੈਂਟ ਵੀ ਬੁੱਕ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ।